ਬੰਦਾ ਹਵਾਈ ਜਹਾਜ਼ ਸਫ਼ਰ ਕਰ ਰਿਹਾ, ਇੱਕ 20 ਸਾਲ ਦਾ ਨੌਜਵਾਨ ਉਹਦੇ ਨਾਲ ਬੈਠਾ ਤੇ ਬੁੱਢਾ ਕੀ ਕਰ ਰਿਹਾ? ਉਹਨਾਂ ਰੂਸੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਸਭ ਤੋਂ ਔਖੀ ਰੂਸੀ ਤੇ ਚੀਨੀ ਭਾਸ਼ਾ ਹੈ। ਆ ਤੁਹਾਡੇ ਉਹ ਨਹੀਂ ਹੁੰਦਾ ਉੜਾੜਾ ABC ਕਾ ਖਾ ਗਾ ਨਾ, ਉੱਥੇ ਚਿੱਤਰ ਲਿਪੀ ਹੁੰਦੀ ਆ, ਹਰ ਸ਼ਬਦ ਵਾਸਤੇ ਇੱਕ ਵੱਖਰਾ ਡਰਾਇੰਗ ਕਰਨੀ ਪੈਂਦੀ ਹੈ, ਇੱਕ ਚਿੱਤਰ ਬਣਾਉਣਾ ਪੈਂਦਾ। ਉਹਨੂੰ ਸਿੱਖਣ ਲੱਗਿਆ ਘੱਟੋ ਘੱਟ 20-25 ਸਾਲ ਲੱਗ ਜਾਂਦੇ ਆ। ਉਹ ਬੁੱਢਾ ਕਿਤਾਬ ਰੱਖ ਕੇ ਬੈਠਾ ਤੇ ਰੂਸੀ ਭਾਸ਼ਾ ਸਿੱਖਦਾ ਪਿਆ ਤੇ ਉਹ 20 ਸਾਲ ਦਾ ਨੌਜਵਾਨ ਉਹਦੇ ਵੱਲ ਵੇਖ ਰਿਹਾ ਤੇ ਹੱਸ ਰਿਹਾ। ਉਹ ਬਜ਼ੁਰਗ ਕਹਿੰਦਾ ਕਾਕਾ ਤੂੰ ਹੱਸਿਆ ਕਿਉਂ ਮੇਰੇ ਵੱਲ ਵੇਖ ਕੇ? ਕਹਿੰਦਾ ਬਾਬਾ ਕਬਰ 'ਚ ਤੇਰੀਆਂ ਲੱਤਾਂ, 85 ਸਾਲ ਦੀ ਤੇਰੀ ਉਮਰ, ਪਤਾ ਨਹੀਂ ਤੂੰ ਸਾਲ ਹੋ ਰਿਹਾ ਕਿ 2 ਸਾਲ, ਆੜੀ ਤੂੰ ਭਾਸ਼ਾ ਸਿੱਖਣ ਡਿਆ ਨਾ, ਇਹਨੂੰ ਸਿੱਖਣ ਲੱਗਿਆ 20-25 ਸਾਲ ਲੱਗ ਜਾਂਦੇ ਆ, ਹੈਂ, ਤੇ ਤੂੰ ਇਹ ਭਾਸ਼ਾ ਸਿੱਖਣ ਡਿਆ, ਇੰਨੀ ਉਮਰ ਤੇ ਤੇਰੇ ਕੋਲ ਹੈਗੀ ਨਹੀਂ। ਉਹ ਬੁੱਢਾ ਹੱਸ ਪਿਆ, ਕਹਿੰਦਾ ਮੈਨੂੰ ਇੱਕ ਗੱਲ ਦੱਸ, ਮੈਂ 85 ਸਾਲ ਦਾ, ਮੈਂ ਰੂਸੀ ਭਾਸ਼ਾ ਸਿੱਖ ਕੇ ਇੱਕ ਨਵੀਂ ਭਾਸ਼ਾ ਦਾ ਗਿਆਨ ਲੈਣ ਬਾਰੇ ਸੋਚ ਰਿਹਾ, ਮੈਂ ਜਿਉਣ ਦੀਆਂ ਗੱਲਾਂ ਕਰ ਰਿਹਾ ਵਾਂ, ਮੈਂ ਜੀਣ ਬਾਰੇ ਸੋਚ ਰਿਹਾ। ਉਹ ਤੂੰ 20 ਸਾਲ ਦਾ ਹੋ ਕੇ ਮਰਨ ਦੀਆਂ ਗੱਲਾਂ ਕਰਦਾ ਹੈ, ਉਹ ਦੱਸ ਤੂੰ ਬੁੱਢਾ ਕਿ ਮੈਂ ਬੁੱਢਾ? ਦਿਲ ਜਵਾਨ ਹੋਣਾ ਚਾਹੀਦਾ, ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ? ਕਈ ਛੋਟੇ ਛੋਟੇ ਹੀ ਬੁੱਢੇ ਹੋ ਜਾਂਦੇ ਨੇ, ਹੈਂ, ਉਹ ਜਦੋਂ ਉਹਨਾਂ ਨਾਲ ਗੱਲ ਕਰੋ ਢੈਂਦੀ ਕਲਾ ਦੀਆਂ ਗੱਲਾਂ ਹੀ ਕਰਦੇ ਨੇ, ਪਰ ਕਈ ਬੱਚੇ ਵੀ ਬੜੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਨੇ। ਹੁਣ ਭੈਣਾਂ ਦੀ ਵਾਰੀ ਆ ਵੀਰ ਆਨਾ।